ਸਿਵਲ ਹਸਪਤਾਲ ਦੇ ਵਿੱਚ ਕਿਸੇ ਕੇਸ ਦੇ ਸਿਲਸਿਲੇ ਵਿੱਚ ਆਰੋਪੀ ਦਾ ਮੈਡੀਕਲ ਕਰਵਾਉਣ ਦੇ ਲਈ ਆਏ ESI ਦੀ ਅਟੈਕ ਹੋਣ ਦੇ ਨਾਲ ਮੌਤ ਹੋਈ ਦੱਸੀ ਜਾ ਰਹੀ ਹੈ। ਮਾਮਲਾ ਅੰਮ੍ਰਿਤਸਰ ਦਾ ਹੈ ਜਿੱਥੇ ਕਿ ਇੱਕ ESI ਇੱਕ ਆਰੋਪੀ ਦਾ ਮੈਡੀਕਲ ਕਰਵਾਉਣ ਦੇ ਲਈ ਸਿਵਲ ਹਸਪਤਾਲ ਦੇ ਵਿੱਚ ਆਇਆ ਸੀ ਅਤੇ ਇਸ ਦੌਰਾਨ ESI ਨੂੰ ਹਾਰਟ ਅਟੈਕ ਆਇਆ ਦੱਸਿਆ ਜਾ ਰਿਹਾ ਹੈ ਤੇ ਇਸ ਤੋਂ ਬਾਅਦ ਉਸਦੀ ਮੌਤ ਹੋਈ ਹੈ। ਮੇਰੇ ESI ਸਾਹਿਬ ਸੀਗੇ, ਇੱਥੇ ਮੈਡੀਕਲ ਕਰਵਾਉਣ ਵਾਸਤੇ ਆਏ ਆ, ਅਚਾਨਕ ਇਹਨਾਂ ਨੂੰ ਜਿਹੜਾ ਉਹ ਅਟੈਕ ਆ ਗਿਆ, ਐਮਰਜੈਂਸੀ ਲਿਆਂਦਾ ਤੇ ਡੈਥ ਹੋ ਗਈ। ਨਹੀਂ ਨਹੀਂ ਮੈਂ ਦੱਸਦੀ ਹਾਂ, ਦੋ ਮਿੰਟ ਮੈਨੂੰ ਡਾਕਟਰ ਸਾਹਿਬ ਨਾਲ ਗੱਲ ਕਰਨੀ ਹੈ। ਮੁਲਾਜ਼ਮ ESI ਪਰਮਜੀਤ ਸਿੰਘ ਤੋਂ ਪੁੱਛਣਾ ਹੈ ਮੈਨੂੰ। ਇਹ ਪਰਮਜੀਤ ਸਿੰਘ ਹੈ ਜੀ, ਤੇ ਉਹਦਾ ਇੱਕ ਮੁਲਜ਼ਮ ਨੂੰ ਲੈ ਕੇ ਆਏ ਸੀ ਜੇਲ੍ਹ ਭੇਜਣ ਤੋਂ ਪਹਿਲਾਂ ਟੈਸਟ ਕਰਵਾਉਣ ਲਈ ਆਉਣਾ ਉਹਨਾਂ ਤੇ ਬਿਊਰੋ ਰਿਪੋਰਟ ਜਗਬਾਣੀ ਟੀਵੀ।